ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ 2 ਦਿਨ ਹੋ ਗਏ ਜੀ, 3 ਦਿਨ ਥੋੜ੍ਹੀ ਜਿਹੀ ਰੇਤ ਅਤੇ ਝੱਟ ਚੰਗੀ ਲਾਈ ਹੈ, ਸ਼ੈੱਡ ਦਾ ਕੰਮ ਰੋਕਿਆ ਅਤੇ ਮਿਸਤਰੀ ਛੁੱਟੀ 'ਤੇ ਭੇਜਿਆ, ਫਿਰ 2 ਕੁ ਦਿਨ ਵਾਸਤੇ 1-2 ਦਿਨ ਵੀ ਚੱਲ ਇੰਨੇ ਮਾੜਾ ਮੋਟਾ ਆਰਾਮ ਲੈ ਲਿਆ। ਉਹਦਾ ਵੀ ਹੱਥ ਉੱਥੇ ਕਾਫੀ ਖਰਾਬ ਹੋ ਗਿਆ ਤਾ, ਕਿਉਂਕਿ ਇੱਟ ਲੱਗ ਗਈ 4 ਟਰਾਲੀਆਂ ਦੇ ਕਰੀਬ ਲੱਗ ਗਈ। ਦੇਖ ਲਓ ਵੀ ਤੁਸੀਂ ਕਿੰਨੀ, 4,000 ਤੋਂ 5,000 ਇੱਟ ਆਉਂਦੀ 1 ਟਰਾਲੀ 'ਚ। ਸੋਹਣਾ ਕੰਮ ਖਿੱਚ ਗਿਆ ਟਰਾਲੀ। ਆਪਾਂ ਇੱਟਾਂ ਦੀ ਇੱਕ ਹੋਰ ਮੰਗਾ ਲਈ ਅੱਜ, ਕਿਉਂਕਿ 12.5 ਫੁੱਟ 'ਤੇ ਆਪਾਂ ਨੇ ਤੇਗਾ ਲਾ ਤਾ। ਤੇਗੇ ਤੋਂ ਬਾਅਦ ਅਸੀਂ ਲਿਆਉਣਾ 16.5 ਫੁੱਟ 'ਤੇ ਆਪਣਾ ਸ਼ੈੱਡ, 17 ਫੁੱਟ ਤੱਕ ਹੱਦ ਆਪਣੀ ਹਾਈਟ ਹੋ ਜੂਗੀ। ਅੱਬਲ ਮੈਂ 16.5 'ਤੇ ਰੱਖੂੰਗੇ, ਉਸ ਤੋਂ ਬਾਅਦ ਢਲਾਣ ਵੀ ਹੋਣੀ ਹੈ 2 ਫੁੱਟ ਦੀ, ਜਿਹੜੀ ਸਾਈਡ ਤੋਂ ਢਲਾਣ ਕਰਨੀ ਉਧਰੋਂ ਤਾਂ 18-19 ਫੁੱਟ ਚਲੇ ਜਾਣਾ ਸ਼ੈੱਡ, ਕਾਫੀ ਹਾਈਟ ਹੋ ਜਾਣੀ ਹੈ। ਅਤੇ ਬਾਕੀ ਸਨਕੋਰ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਰਿਹਾ ਜੀ। 250-250 ਤੋਂ ਲੈ ਕੇ 300 ਗ੍ਰਾਮ ਅਸੀਂ ਇੱਕ ਉਹਦੇ 'ਚ ਮਤਲਬ ਕਿੱਲੇ 'ਚ ਪਾਈ ਹੈ, 2 ਥੈਲਿਆਂ ਦੇ ਹਿਸਾਬ ਨਾਲ ਵੀ ਮਤਲਬ ਦੂਰਾ ਸਿੱਟਾ ਲਾਇਆ, 2 ਬੰਦੇ ਇੱਕ ਪਾਸੇ ਨੂੰ ਪਹੁੰਚਦੇ, 2 ਬੰਦੇ ਉਹ ਤੋਂ ਓਪੋਜ਼ਿਟ ਹੋ ਜਾਂਦੇ ਤੇ ਬਿਲਕੁਲ, ਹੈ ਨਾ ਜੀ। ਅਤੇ ਬਾਕੀ ਅੱਜ ਬਾਈ ਜੀ ਆਏ ਹੋਏ ਹੈ ਸਹੋਲੀ ਤੋਂ, ਪਰਾਲੀ ਲੈਣ ਵਾਸਤੇ ਆਪਣੀ ਵੀਡੀਓ ਦੇਖਦੇ ਸੀ ਵੀਰ, ਉਹਨਾਂ ਨੇ ਪਹਿਲਾਂ ਵੀ 1 ਕਿੱਲੇ ਦੀ ਲੈ ਕੇ ਗਏ ਹਾਂ ਅਤੇ ਕੱਲ੍ਹ ਅਤੇ ਅੱਜ 1 ਕਿੱਲੇ ਦੀ ਲੈਣ ਵਾਸਤੇ ਹੋ ਰਹੇ ਹਾਂ। ਉਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ, ਸਪੈਸ਼ਲ ਵਲੋਗ ਉਹਨਾਂ ਲਈ ਵੀ ਹੈ। ਉਹ ਕਹਿੰਦੇ ਵੀ ਆਏ ਹਾਂ ਤੁਹਾਡੇ ਕੋਲ, ਜ਼ਰੂਰ ਅੱਜ ਵੀਡੀਓ 'ਚ ਲਿਓ। ਮੈਂ ਜ਼ਰੂਰ ਲਵਾਂਗੇ ਜੀ, ਅਤੇ ਸਵੱਬ ਬਣ ਜਾਂਦਾ ਜੀ। ਬਾਕੀ ਕੰਮ ਧੰਦੇ ਲੱਗੇ ਵੀ, ਅੱਜ ਭਾਗਾ 'ਚ ਵੀ ਗਿਆ ਵਾ ਰਿਸ਼ਤੇਦਾਰੀ 'ਚ ਨੂੰ, ਥੋੜ੍ਹੀ ਜਿਹੀ ਇੱਕ ਕੰਮ ਜਿਹਾ ਪੈ ਗਿਆ ਸੀ ਜ਼ਰੂਰੀ, ਅਤੇ ਉਹਨੂੰ ਵੀ ਤੁਰੰਤ ਜਾਣਾ ਪਿਆ, ਕੋਈ ਢਿੱਲਾ ਮਿੱਠਾ ਹੋ ਗਿਆ ਸੀ। ਅਤੇ ਬਾਕੀ ਦਿਖਾਉਂਦੇ ਹਾਂ ਅੱਜ ਮਿਸਤਰੀ ਨਾਲ ਗੱਲਬਾਤ ਕਰਾਉਂਦੇ ਹਾਂ। ਉੱਪਰੇ ਜਾਂਦਾ ਮੈਂ ਪੈਡ 'ਤੇ ਤੁਹਾਨੂੰ ਚੜ੍ਹ ਕੇ ਦਿਖਾਉਣਾ ਉੱਪਰੇ ਵੀ ਕੀ ਕੁਛ ਕੰਮ ਕਰ ਰਿਹਾ, ਉਹ ਲੱਗਿਆ ਵਾ ਇਕੱਲਾ ਹੀ। ਅਤੇ ਬਾਕੀ ਹੁਣ ਚੱਲਦੇ ਹਾਂ ਮਿਸਤਰੀ ਕੋਲ, ਆ ਜਾਓ ਆਪਾਂ ਸਾਰੀ ਗੱਲਬਾਤ ਕਰਾਉਂਦੇ ਹਾਂ। ਇੱਕ ਵਾਰ ਤੁਹਾਨੂੰ ਸ਼ੈੱਡ ਦਾ ਆਪਾਂ ਬਾਹਰੋਂ ਵਿਊ ਦਿਖਾ ਦਈਏ ਇੱਕ ਵਾਰ, ਅਤੇ ਮਿਲੋ ਜੀ। ਸੁਖਪ੍ਰੀਤ ਸਿੰਘ ਢਿੱਲੋਂ, ਤਕਰੀਬਨ ਆਪਾਂ ਨੇ ਇਹ ਸ਼ੈੱਡ ਦੀਆਂ ਕੰਧਾਂ ਜਿਹੜੀਆਂ ਆਲੀ ਨਿਊ ਤੋਂ ਲੈ ਕੇ ਇੱਥੇ ਥਾਈਂ ਤੇਗੇ ਤੱਕ, ਉੱਪਰੋਂ ਤੇਗਾ ਲੱਗ ਗਿਆ, ਜਿਹੜੀ ਖੜਮੀ ਇੱਟ ਦਾ ਤੇਗਾ ਲੱਗਿਆ ਵਾ ਆਹ, ਤੁਸੀਂ ਧਿਆਨ ਮਾਰੋ ਉਰੇ, ਇਹ 12.5 ਫੁੱਟ ਦੀ ਹਾਈਟ ਹੋ ਗਈ ਇੱਥੋਂ ਨਿਊ ਤੋਂ। ਥੱਲੇ ਤੋਂ ਕਾਫੀ, ਕਿਉਂਕਿ ਗਲੀ ਥੋੜ੍ਹੀ ਨੀਵੀਂ, ਅੰਦਰ ਪਿਆ ਵਾ ਭਰਤ, ਠੀਕ ਹੈ ਜੀ, ਅੰਦਰੋਂ ਨਿਊ ਦੇ ਬਰੋਬਰ ਆਪਣਾ ਭਰਤ ਪਿਆ ਵਾ। ਅਤੇ ਬਾਕੀ ਬਣੇ ਤਾਂ ਹੁਣ ਬਹੁਤ ਖੁੱਲ੍ਹਾ ਡੁੱਲਾ ਲੱਗਣ ਲੱਗ ਗਿਆ। ਇੱਥੋਂ ਗੇਟ ਜਾਣਾ ਜੀ ਆਪਣਾ, ਰੇਲਿੰਗ ਵਾਲਾ ਗੇਟ ਬਣੂਗਾ, ਇੱਥੋਂ ਖਿੱਚਵਾਂ ਇਹ ਕੋਰਨਰ 'ਤੇ ਆ ਕਰਨਾ, ਉੱਧਰੋਂ ਖਿੱਚਵਾਂ ਇਹ ਕੋਰਨਰ 'ਤੇ ਆ ਕਰਨਾ, ਇੱਥੇ ਆਪਣਾ ਲੱਗ ਜਾ ਕਰਨਾ ਜਿੰਦਾ। ਇੱਥੇ ਲਾਵਾਂਗੇ ਇੱਕ ਲੋਹੇ ਦੀ ਗ੍ਰਿਲ, ਕਿਉਂਕਿ ਕੱਲ੍ਹ ਨੂੰ ਕਲਾਮ ਨੂੰ ਕੋਈ ਆਪਾਂ ਨੇ ਇੱਥੇ ਸਫਾਈ ਕਰਨੀ ਹੈ ਨਾਲੀ ਦੀ, ਹੈ ਨਾ, ਕੁਛ ਵੀ ਹੋਰ ਪੰਗਾ ਹੁੰਦਾ ਤਾਂ ਆਪਣਾ ਇੱਥੋਂ ਚੱਕੋ ਸਫਾਈ ਕਰੋ, ਕਿਉਂਕਿ ਉੱਥੋਂ ਡੰਡਾ ਜਿਹਾ ਪੈਣਾ ਜਾਂ ਸਿੱਧਾ ਇੱਧਰ ਨੂੰ ਫਿਰ ਮੁੜਨਾ ਨਹੀਂ ਨਾ ਹੈ। ਅਤੇ ਇੱਥੇ ਸਲੈਬ ਬਣੂਗੀ ਇੱਕ, ਰੇਲਿੰਗ ਵਾਲਾ ਦਰਵਾਜ਼ਾ ਬਣਨਾ ਇੱਥੋਂ ਖਿੱਚਵਾਂ ਉਰੇ ਤੱਕ। ਇਹਦੀ ਹਾਈਟ ਇੱਥੋਂ ਲੈ ਕੇ ਲੰਬਾਈ ਮਤਲਬ ਲੈਂਥ ਹੈ ਜੀ, ਇਹ ਤਕਰੀਬਨ ਬਣ ਗਿਆ ਆਪਣਾ 15-15.5 ਫੁੱਟ ਦਾ। ਕੰਬਾਈਨ ਨਹੀਂ ਕੱਟਰ ਸਮੇਤ ਜਾਂਦੀ ਕਰੀ, ਬਟ ਐਂ ਵੀ ਜਾਣੀ ਕੱਟਰ ਖੁੱਲ੍ਹ ਕੇ ਅੰਦਰ ਟੌਰ ਨਾਲ ਵੜ ਜਾ ਕਰਨੀ ਹੈ। ਬਹੁਤ ਖੁੱਲ੍ਹਮ ਡੁੱਲਾ ਗੇਟ ਹੈ, ਕਿਉਂਕਿ ਆਪਣੇ ਕੋਲ ਬਾਹਰ ਜਗ੍ਹਾ ਉੱਧਰ ਬਥੇਰੀ ਹੈ ਜਿੱਥੇ ਹੁਣ ਫਿਲਹਾਲ ਕੰਬਾਈਨਾਂ ਖੜੀਆਂ। ਕੰਬਾਈਨਾਂ ਵੀ ਢੱਕਣੀਆਂ, ਬਹੁਤ ਦਿਨ ਹੋ ਗਏ, ਦੇਖ ਲਓ ਵੀ ਤੁਸੀਂ ਸੀਜ਼ਨ ਦੀਆਂ ਖੜੀਆਂ ਨੇ, ਹਾਲੇ ਤੱਕ ਕੱਪੜਾ ਵੀ ਨਹੀਂ ਵੱਜਿਆ ਕਿਉਂਕਿ ਸਾਰੇ ਸਟਾਫ ਉਲਝ ਹੀ ਪਿਆ ਆਪਣਾ। ਅਤੇ ਹੁਣ ਕੰਬਾਈਨਾਂ ਦਾ ਵੀ ਕਰਾਂਗੇ ਕੰਮ, ਸਵਾ ਤੋਂ ਪਹਿਲਾਂ ਚਾਹੇ ਇੱਥੇ ਖੜੀਆਂ ਅਤੇ ਤਰਪਾਲਾਂ ਪਾ ਦਈਏ ਉਰੀਓ ਇੱਥੇ, ਹੈ ਨਾ, ਤਾਂ ਹੀ ਮਾੜਾ ਮੋਟੀ ਸੰਭਾਲ ਜੀ ਹੋਊਗੀ। ਹੁਣ ਤਾਂ ਕੰਡੀਸ਼ਨ ਹੋਰ ਹੋਈ ਪਈ ਆ ਸੁੰਕਾਂ ਦੀ, ਰੰਗ ਰੋਗਨ ਦੇਖੋ ਕਿਵੇਂ ਪਹੁੰਚ ਗਿਆ ਮਸ਼ੀਨਾਂ ਦਾ, ਨਹੀਂ ਤਾਂ ਆਹ ਟਾਈਮ ਨੂੰ ਤਾਂ ਅਸੀਂ ਕੱਦੀਆਂ ਧੋ ਧੂ ਕੇ ਐਨ ਤਰਪਾਲਾਂ 'ਚ ਢੱਕ ਦਿੰਦੇ ਹੁੰਦੇ ਹਾਂ। ਅਤੇ ਅੰਦਰੋਂ ਤੁਹਾਨੂੰ ਸ਼ੈੱਡ ਦਿਖਾਵਾਂ, ਖੁੱਲ੍ਹਮ ਡੁੱਲਾ ਇੰਨਾ ਕੁ ਏਰੀਆ ਲੱਗਣ ਲੱਗ ਗਿਆ, ਇਹ ਜਾਣੀ 3500 ਫੁੱਟ ਏਰੀਆ ਬਣ ਗਿਆ ਸਾਰਾ, ਮਤਲਬ ਆਹ ਇੱਧਰ ਨੂੰ ਕਾਂਡ ਜ਼ਿਆਦਾ ਥੋੜ੍ਹੀ ਜੀ। ਹੁਣ ਇੱਥੋਂ ਲੰਬਾਈ ਦੇਖੋ ਵੀ ਕਿੰਨਾ ਜ਼ਿਆਦਾ ਮਤਲਬ ਏਰੀਆ 'ਚ ਲੱਗਣ ਲੱਗ ਗਿਆ, ਪਹਿਲਾਂ ਘੱਟ ਲੱਗਦੀ ਜੀ। ਉੱਪਰ ਟੀਨਾ ਟੂਨਾ ਦੂਜੀਆਂ ਪਾਵਾਂਗੇ ਚੀਟੀਆਂ ਵੀ, ਅਤੇ ਪੱਥਰ ਵਾਲੀਆਂ ਟੀਨਾਂ ਦੀ ਸਲਾਹ ਪੂਰੀ ਡਨ ਹੋ ਗਈ, ਬਸ ਹੁਣ ਦੇਖ ਕੇ ਆਉਣੀ ਇੱਕ ਅੱਧੇ ਦਿਨ 'ਚ ਕੈਂਚੀਆਂ ਦਾ ਸਮਾਨ ਆ ਜਾਣਾ, ਅਤੇ ਕੱਲ੍ਹ ਨੂੰ ਸ਼ਾਇਦ ਮੰਡੇ ਤੋਂ, ਹਾਂ ਸੋਮਵਾਰ ਤੋਂ ਸੋਨੀ ਨਹੀਂ ਆ ਜਾਣਾ ਆਪਣਾ ਨਾਲ ਦੀ ਨਾਲ ਕੈਂਚੀਆਂ ਦਾ ਕੰਮ ਸ਼ੁਰੂ ਕਰ ਦੂਗਾ।
ਫਿਰ ਕੰਮ ਸਟੈਪ ਬਾਏ ਸਟੈਪ ਰੁੜੀ ਜਾਣਾ। ਫਿਰ ਮਿਸਤਰੀ ਦੀ ਕਰ ਦਾਂਗੇ ਛੁੱਟੀ, ਇਹਨੇ ਕਹਿੰਦਾ ਵੀ ਮੈਂ ਫਿਰ ਸਭਾ ਕਰਕੇ ਮੈਨੂੰ ਘੱਟੋ ਘੱਟ 8-10 ਦਿਨ ਦੀ ਛੁੱਟੀ। ਮਿੱਤਰੇ ਨਾ ਤੂੰ ਤੰਗ ਲੱਗ ਗਿਆ ਕਰਨ, ਹਾਂ ਤੇ ਮਿਸਤਰੀ ਜ਼ੋਰ ਸ਼ੋਰ ਪੂਰਾ ਦਿਖਾ ਰਿਹਾ ਅੱਜ ਮੈਨੂੰ ਕਰਿਆ ਵਾ। ਤੇ ਹੁਣ ਇਹਦੀ ਹਾਈਟ ਘੱਟ ਗਈ, ਜਦ ਮੈਂ ਕਿਹਾ ਤਾਂ ਵੀ 6-6 ਬੂਟੇ ਮਿਸਤਰੀ ਲੈ ਲਓ, ਹੈ ਕਿਉਂਕਿ ਜਦ ਕਿਹਾ ਤਾਂ ਵੀ 6-6 ਬੂਟੇ ਮਿਸਤਰੀ ਨੀ ਲੰਬੇ ਲਿਆਉਣੇ ਤੇ ਹੁਣ ਸਾਡਾ ਨੀ ਨਾ ਕਸੂਰ ਵੀਰਿਆ, ਇੱਟਾਂ ਤਾਂ ਫੜਾ ਦੇ ਪਹਿਲਾਂ। ਅੱਜ ਬਈ ਜੱਸਾ ਚਾਚਾ ਵੀ ਗਿਆ ਹੋਇਆ ਕਿਤੇ ਬਾਹਰ, ਫਸ ਗਏ ਅਸੀਂ ਦੋਏ, ਅਸੀਂ ਨੀ ਫਸੇ, ਫਸਿਆ ਮਿਸਤਰੀ ਆ, ਹੈ ਨਾ ਕੋਈ। ਹਾਂਜੀ ਹਾਂ, ਤੇ ਆਹ ਤੁਹਾਨੂੰ ਮਰਜ਼ੀ ਮਿਸਤਰੀ ਨਾਲ ਵਾਰਤਾਲਾਪ ਕਰਾਉਂਦੇ ਹਾਂ, ਇੱਕ ਵਾਰ ਚਾਲੀਆਂ ਉੱਪਰ ਪਾ ਲਈਏ, ਫਿਰ ਆਪਾਂ ਪਰਾਲੀ ਵਾਲੇ ਬਾਈਆਂ ਕੋਲ ਲੈ ਕੇ ਜਾਂਦੇ ਹਾਂ। ਉਹ ਸਾਹਮਣੇ ਕੋਠੀ ਆ, ਉਹ ਕੋਠੀ ਦੇ ਨਾਲੇ ਭਰ ਰਹੇ ਹਾਂ, ਤੁਹਾਨੂੰ ਮਿਲਾਉਂਦੇ ਹਾਂ। ਲਓ ਚਾਹ ਪੀ ਲਓ ਪਹਿਲਾਂ, ਆਜੋ ਆਜੋ ਥੱਲਿਓ ਆਜੋ। ਤੇ ਬਾਈ ਜੀ ਹੋਣੀ ਆਏ ਵੇ ਨੇ ਭਾਸੋਂ ਤੇ ਸਹੋਲੀ ਪਿੰਡ। ਹੋਰ ਠੀਕ ਠਾਕ ਹੋ ਜੀ? ਤੇ ਸਵਾਬ ਨਾਲ ਦੂਆ ਕਿਹੜਾ ਲੱਗ ਗਿਆ ਅੱਜ? ਬਹੁਤ ਵਧੀਆ, ਕੁਦਰਤੀ ਦੇਖ ਲਓ ਨਾ, ਦਾਣੇ ਪਾਣੀ ਦੀ ਗੱਲ ਆ ਜਾਂਦੀ ਹੈ। ਉਦਣ ਬਾਈ ਜੀ ਲੰਘੇ ਜਾਂਦੇ ਤੇ ਕੋਲ ਨੂੰ, ਤੇ ਕੁਦਰਤੀ ਮੈਂ ਬਸ ਅਸੀਂ ਇੱਟਾਂ ਉੱਟਾਂ ਪਤਾ ਨਹੀਂ ਮਸਾਲੇ ਫੜਾ ਰਹੇ ਤੇ ਬਾਈ ਜੀ ਨਾਲ, ਵਾ ਇਹਨਾਂ ਨੇ ਜਾਂਦੇ ਜਾਂਦੇ ਨੇ ਪਛਾਣ ਲਿਆ, ਕਹਿੰਦੇ ਵੀ ਰੋਕ ਰੋਕ ਵੀ ਇੱਥੇ ਹੀ ਕੱਢਦੇ ਆ, ਘਰੇ ਅਸੀਂ ਲੱਗੇ ਹੋਏ ਤੇ ਕੰਮ ਕਰ। ਹੋਰ ਠੀਕ ਹੈ ਮਾਲ ਪੱਤਾ ਪਰਾਲੀ ਦਾ? ਹਾਂ ਸਾਹਮਣੇ ਮੋਟਰ ਦੀ ਉਹ ਉੱਥੇ ਦੀ ਪੂਰੀ ਲਿਆ ਕੇ ਲੱਭਦੀ ਆਪਾਂ ਨੇ ਸਾਰੇ। ਹਾਂ ਚਾਹ ਪੀ ਲਓ, ਆਜੋ ਥੱਲੇ ਨੂੰ ਆਜੋ। ਤੇ ਆਹ ਬਾਈਆਂ ਨੇ ਬੜਾ ਸੋਹਣਾ ਪ੍ਰੋਜੈਕਟ ਲਾਇਆ ਵਾ ਮੂਹਰੇ ਜਾਲੀ ਤੇ, ਇਹਨਾਂ ਚ ਨੂੰ ਅਸਲ ਚ ਖਿੱਚਦੇ ਨੇ ਹਨਾ, ਥੋੜੀ ਥੋੜੀ ਇਹ ਕਰਦਾ ਜਾ ਹਨਾ ਜੀ, ਇਹ ਜਾਲੀ ਨਾਲ ਨੀ ਹੁਣ ਜਾਂਦਾ ਹੋਣਾ। ਤੇ ਤੂੜੀ ਵਾਲੀ ਪਰ ਲਾਇਆ ਵਾ ਬਾਈਆਂ ਨੇ ਪਾਵਰ ਪਲੱਸ, ਉਹ ਮੂਹਰੇ ਵਾਲੀ ਫਰੇਮ ਖੋਲ ਕੇ ਨਵੀਂ ਫਰੇਮ ਬਣਾ ਕੇ ਲਈ ਵੀ ਆ ਬਾਈ ਉਹਨਾਂ ਨੇ ਇੱਥੇ, ਠੀਕ ਹੈ। ਨਾ ਠੀਕ ਹੈ ਜੀ, ਵਧੀਆ ਨਾਲੇ ਊਂ ਵੀ ਐਨ ਮੈਂ ਕਹਿੰਦਾ ਨਮ ਦਾ ਲਾ ਕੇ ਭਰੀ ਪਈ ਹੈ ਪੂਰੀ, ਹੁਣ ਗਰਮ ਗੁਰਮ ਵਾਲੀ ਊਂ ਨਹੀਂ ਹੈ ਵੀ ਹੈ ਨਾ ਕੋਈ ਸਮੱਸਿਆ ਕੋਈ ਲਈ ਆ। ਇੱਕ ਹੋਰ ਆ ਨਾ ਰੇਡੀਏਟਰ ਬਰੀਕ ਹੈ ਇਹਨਾਂ ਦੇ, ਰੇਨ ਵੀ ਫਸਦੀ ਹੈ ਨਾ ਜਿਹਨੂੰ, ਹਾਂ ਡਾਲੀ ਚਾਵਲ ਬੇਈਮਾਨੀ ਭਲੇ ਤੁਰ ਗਈ ਦੁਨੀਆ। ਸਾਡਾ ਪੁਲ ਹੈ ਜੀ ਰੇਲਵੇ ਵਾਲਾ, 8-9 ਵਜੇ ਤੋਂ ਬਾਅਦ ਜਦ ਅਸੀਂ ਰੇਲਵੇ ਪੁਲ ਕ੍ਰੋਸ ਕਰਦੇ ਹਾਂ ਸਾਨੂੰ ਖੁਦ ਨੂੰ ਭੈ ਆਉਂਦੀ ਹੈ। ਉਹ ਛੋਟਾ ਰਾਤ ਗੋਗੀ ਕਹੇ, ਕਹਿੰਦਾ ਦਾਦ ਮੈਂ ਕਹਿੰਦਾ ਲੰਘਦਾ ਕੋਲ ਨੂੰ, ਕਹਿੰਦਾ ਰਾਤ ਨੂੰ ਮੈਂ ਭਜਾ ਕੇ ਲੰਘਦਾ, ਮੈਂ ਭਜਾ ਕੇ ਨਾ ਲੰਘਿਆ ਕਰ ਸਦਾਈ, ਜੇ ਸਣਾ ਇਹਨੇ ਫੱਟੀਆਂ ਚੱਕ ਲਈਆਂ ਥੱਲੇ ਵਾਲੀਆਂ ਲੋਹੇ ਵਾਲੀ, ਤੂੰ ਮੈਂ ਕਿਆ ਨਾਲ ਤਾਂ ਮੋਟਰਸਾਈਕਲ ਬਣਾਏਗਾ ਆਪਣਾ ਵੀ ਬੂਥ ਲੱਗੇ, ਹਾਂ ਨਾਲੇ ਸੱਟ ਪੇਟ ਜਿਹਨਾਂ ਦਾ ਮਕਾਨ ਬਣ ਰਿਹਾ ਸੀ ਪਿਛਲੇ ਪਾਸੇ ਪੁਲ ਦੇ ਥੱਲੇ, ਰੇਲਵੇ ਵਾਲਾ ਪੁਲ ਤੁਸੀਂ ਹੁਣ ਕ੍ਰੋਸ ਕਰਕੇ ਆਈ ਹੈ, ਉਹਦੇ ਥੱਲੇ ਆਹ ਸਾਲ ਨਹੀਂ ਹੋਇਆ ਹਲੇ, ਵਾਰਦਾਤ ਹੋ ਗਈ ਤੀ ਉਹਨਾਂ ਨਾਲ, ਹਾਂ ਜੀ ਉਹਨਾਂ ਤੇ ਲੁੱਟ ਖੋ ਗਈ ਸੱਜ ਰਹੀ ਤਾਂ ਕੋਈ ਲੇਟ ਵੀ ਨਹੀਂ ਤੇ, ਹਾਂਜੀ ਫੇਰ
ਉਹਨਾਂ ਨੂੰ ਕਹਿੰਦਾ ਸਾਲਿਆਂ ਨੂੰ ਆਇਆ ਵੀ ਕੱਟੋ ਕੁੱਟੋ ਦਾ ਇੱਕ ਤਾਂ ਪੈਡ ਉੱਚੀ ਚਲੇ ਗਈ ਹੈ ਨਾ, ਇੱਟ ਉੱਚੀ ਚੜਾਉਣੀ ਪੈ ਗਈ ਬੰਦਾ ਇਹਨਾਂ ਦਾ ਔਖਾ ਹੀ ਆ ਕੰਮ, ਇਹਨਾਂ ਦਾ ਕੰਮ ਔਖਾ ਆ, ਬੰਦੇ ਮੈਂ ਸਾਰੇ ਭੇਜ ਤੇ ਦੋ ਰਹਿ ਗਏ, ਆਹ ਰੋਣ ਲੱਗ ਗਏ ਹੁਣ ਇੱਟਾਂ ਮੈਨੂੰ ਆਪ ਰੋਣ ਕੋਈ ਨੀ ਲੱਗ ਰਿਹਾ, ਤੂੰ ਬੰਦਾ ਬਣ ਜਾ ਝੂਠ ਬੋਲ, ਅੱਜ ਗੋਗੀ ਤੇ ਪਾਰਟੀ ਲੈਣੀ ਹੈ, ਪਾਰਟੀ ਲਾਉਂਗੇ, ਅੱਛਾ ਚੱਲ ਠੀਕ ਹੈ ਪਾਰਟੀ ਤੈਨੂੰ ਅੱਜ ਪੱਕੀ ਲੈ ਵੀ, ਅੱਗੇ ਵੀ ਤਾਂ ਬਿਨਾਂ ਕਹੇ ਲੈ ਹੀ ਜਾਣਾ ਬੋਤਲ ਜਿਹੜੀ ਅੱਜ ਨੀ ਲੈ ਕੇ ਜਾਂਦਾ, ਅੱਜ ਵੀ ਲੈ ਕੇ ਜਾਣੀ ਅੱਜ ਵੀ, ਜਾ ਤੂੰ ਜਾ ਉੱਪਰ ਤੈਨੂੰ ਫੜਾਉਣੇ ਸਮਾਨ, ਪਾਣੀ ਪੀ ਲੈ, ਜਾ ਪਾਣੀ ਪੀ ਲੈ, ਉੱਪਰ ਕਿੰਨੇ ਦਾ ਦੇ ਲਾਉਣੇ ਹੋਰ ਆਪਾਂ ਨੇ, ਬਸ ਮਸਾਲੇ ਦਾ ਦੇਖ ਲਾ ਆਪਣਾ ਹਿਸਾਬ ਕਿਤਾਬ, ਮਸਾਲਾ ਹੋਰ ਬਣਾ, ਹੋਰ ਲਾ ਲਾਂਗੇ, ਕਿੰਨੇ ਦਾ ਬਣਾ ਲਈ ਸ਼ੇਕ ਦਾ ਬਣਾ ਲਈ, ਹੋਰ ਆਹ ਲਵਾ ਦੇ ਦੋ ਗੇੜ ਲਾ ਜਾਣੇ, ਅੱਛਾ ਫਿਰ ਉਹਦਾ ਦੇਖ ਕੇ ਬਣਾ ਲਾਂਗੇ, ਫਿਰ ਦੇਖ ਕੇ ਬਣਾ ਲਾਂਗੇ ਨਾ, ਚੱਲ ਫਿਰ ਪਾਣੀ ਪੀ ਲੈ, ਫਿਰ ਐਵੇਂ ਤਲਕ ਜਾਣਾ 4,500 ਰੁਪਏ, ਫਿਰ ਮੈਂ ਗੋਗੀ ਬਾਜ ਜੂ ਮੇਰੇ, ਨਹੀਂ ਤਿਲਕਦਾ ਨੀ ਮੈਂ ਉਦੀ ਹੈ, ਨਾ ਜੱਸਿਆ ਅੱਜ ਨੂੰ ਫੋਨ ਕਰਤਾ ਮੈਂ, ਗੋਗੀ ਕਹਿੰਦੀ ਹੋ ਗਈਆਂ ਵਧਾਈਆਂ, ਮੇਰੇ ਵੀਰੋ ਮਗਰਲੇ ਪਾਸੇ ਤੇ ਨੀ ਦਿਖਾਉਣਾ ਸੀ ਨੇ ਕਿਹੜਾ ਲਿਆਂਦਾ, ਪਰ ਗੋਗੀ ਅੱਜ ਸੱਪ ਕੱਢੀ ਜਾਂਦਾ, ਸੱਪ ਮੇਰੇ ਵੀਰੋ ਮੰਗਦਾ ਫੇਸ ਆਈ ਡੀ, ਰੰਗਾ ਰੰਗ ਪ੍ਰੋਗਰਾਮ ਚੱਲਣਾ ਜੇ ਰੰਗਾ ਰੰਗ, ਗੋਗੀ ਦਾ ਮੇਰੇ ਅੱਜ ਦਾ ਵੀਡੀਓ ਬਣਦਾ ਸੀ, ਉਹ ਬਾਈਆਂ ਨੇ ਲੋ ਹਾਈ ਮੀਡੀਅਮ ਕਰਾਇਆ ਵਾ ਟਰੈਕਟਰ, ਉਹ ਚਾਰ ਸਪੀਡ ਕਰਾਇਆ ਵਾ ਬਾਈਆਂ ਦਾ, ਹੁਣ ਜਾ ਕੇ ਆਪਾਂ ਨੇ ਸਪੀਡ ਚੈੱਕ ਕਰਨੀ, ਜੇ ਨਾ ਲੋਟ ਲੱਗਿਆ ਤੂੜੀ ਵਾਲ 'ਚ ਕਰੀ ਉਹਨੇ ਦਿੱਕਤ, ਘੋੜਾ ਗੇਅਰ ਲੱਗਿਆ ਲੈ ਉਹਦੇ ਵੀ, ਚਾਰ ਸਪੀਡਾਂ ਦੀ ਆਪਾਂ ਨੂੰ ਕਿਆ ਲੋੜ, ਤੂੜੀਆਂ ਮਸ਼ੀਨ 'ਚ ਦੂਏ ਲੋ 'ਚ ਤੁਰਦਾ ਬਹੁਤ ਆ, ਪਹਿਲੇ 'ਚ ਘੱਟ ਤੁਰਦਾ ਉਹ, ਨਹੀਂ ਫਿਰ ਕਰਾਉਂਦੇ ਇਹਨੂੰ ਫਿਰ 3 ਸਪੀਡ ਹੋਇਆ ਹੋਊਗਾ, 3 ਪਤਾ ਨਹੀਂ 4 ਹੋ ਗਿਆ, ਉਹ ਦੇਖਦੇ ਹਾਂ ਜਾ ਕੇ ਚੈੱਕ ਕਰਦੇ ਹਾਂ, ਬਾਈ ਕਹਿੰਦਾ ਵੀ ਜਮਾ ਹੀ ਕੀੜੀ ਦੀ ਚਾਲ ਹੋ ਜਾਂਦਾ ਸੁਪਰ ਸੀਡਰ ਵਾਸਤੇ, ਸੁਪਰ ਸੀਡਰ ਤੇ ਚਲਾਉਂਦਾ ਨਾ ਬਾਈ ਉਹਨੂੰ ਟਰੈਕਟਰ ਨੂੰ, ਕਰਾਇਆ ਬਾਈ ਉਹਨਾਂ ਨੇ ਲੋ ਹਾਈ, ਇਹ 4 ਸਪੀਡ ਹੋ ਗਏ ਕਿ 3 ਇਹ ਵੀਰੇ 4 ਸਪੀਡ ਹੋ ਗਿਆ, 20 ਸਪੀਡਾਂ ਬਣ ਗਈਆਂ ਇਹਦੀਆਂ, ਅੱਛਾ ABCD ਹੋ ਗਿਆ ਹੁਣ, ਅੱਛਾ ਆਹ ਉਰੇ ਨੂੰ ਇੱਥੇ ਨੂੰ ਸ਼ਾਫਟ ਕੱਢੀ, ਉਰੇ ਨੂੰ ਵੱਡੀ ਫਰਾਂਡੀ, ਵੱਡੀ ਨਹੀਂ ਕੁਛ ਨਹੀਂ ਬਟ ਟੁੱਕ ਹੁੰਦੀ ਇਹਦੀ, ਅੱਛਾ ਬਸ ਆਹ ਰਿਆ ਨਟ ਨੇ ਉਰੇ, ਇਹ ਚੂੜੀ ਪੈ ਕੇ ਅੰਦਰ ਲਾਦਾ ਜਗਾ, ਅੱਛਾ ਇਹਦੇ ਅੰਦਰ ਲਾਦਾ ਸਿਸਟਮ, ਉਹ ਕੁਛ ਨਹੀਂ ਇਹਦਾ ਕੱਢਿਆ ਵੱਡਿਆ ਉਹਨਾਂ ਨੇ, ਇਹਦੀ ਫਿਰ ਕੰਮ ਕਰਦੇ ਨੇ, ਠੀਕ ਹੈ ਇਹਦਾ ਗੇਅਰ ਗੂਰ ਫਿਰ ਕਿੱਥੇ ਲੱਗਿਆ, ਇਹੋ ਸਾਈਡ ਤੇ ਆਇਆ, ਅੱਛਾ ਇਹਦੇ ਇਹਦੇ ਲੋ ਹਾਈ ਵਾਲੇ, ਹਾਈ ਲੋ ਹੋ ਗਿਆ, ਆਹ ਸਪੈਸ਼ਲ ਹੋ ਗਿਆ, ਆਹ ਸਪੈਸ਼ਲ ਹੋ ਗਿਆ, ਅੱਛਾ ਫਿਰ ਮਾਰੇ ਕਰਕੇ ਦਿਖਾਇਓ ਆਹ ਤਾਰਿਓ ਬੈਗ ਜਾ, ਗੋਗੀ ਬੈਗ ਜਾ ਫੜੀ, ਆਹ ਫਟ ਗਿਆ, ਪਹਿਲਾਂ ਸੜਕ ਪਰ ਨੂੰ ਕਰ ਲਓ ਸਿੱਧਾ ਜਾ ਇਹਨੂੰ, ਵਜ਼ਨ ਦੇਖ ਲਓ ਕਿੰਨਾ, ਵੀ ਇੱਥੇ ਆਪਾਂ ਟਰਾਲੀ ਨੂੰ ਵੀ ਕਹਿ ਸਕਦੇ ਹਾਂ ਟਰਾਲੀ ਭਾਰੀ ਅਰਜਨ ਨਹੀਂ ਮਾੜਾ, ਦਿਖਾਇਓ ਤੋਰ ਕੇ ਥੋੜਾ ਜਿਹਾ, ਚਾਹੇ ਬਾਈਕ ਲੈ ਲਓ, ਆਉਣ ਦੋ ਤੇ ਬਾਈ ਉਹ ਨਹੀਂ 500 ਸੋਲੀ ਤੋਂ ਹੈ, ਇੱਕ ਕਰਨ ਪਾਈ ਹੈ ਮਾਂ ਵੀ ਜਿੰਨੀ ਲਿਆਣੀ ਤੁਸੀਂ ਲੈ ਜਾਓ ਕੋਈ ਗੱਲ, ਇਹ ਹੁਣ ਪਹਿਲਾਂ ਇਹ ਤਾਂ ਨੋਰਮਲ ਪਹਿਲਾਂ ਲੋ ਹੈ, ਹਾਂ ਚਾਹ ਹੋ ਗਿਆ ਕਿਹੜੀ ਚਾਲ, 1400 ਚੱਕਣਾ ਫਿਰ ਕਿੰਨਾ ਕੁ ਬਣਦਾ ਹੈ, ਦੂਆ ਲੋ ਲਾਇਓ ਦੂਆ, ਪ
ਬਸ ਉਹ ਪਿੱਛੇ ਨੂੰ ਕਰ ਦੇਣਾ ਫਿਰ ਦੁਆ ਲੋ ਪੈ ਜਾਣਾ। ਜਿਹੜਾ ਸਿਸਟਮ ਹੈ ਇਹਦੀ ਕੋਈ ਗਰੰਟੀ ਵਰੰਟੀ ਦਿੱਤੀ ਜੀ ਤੁਹਾਨੂੰ? ਠੀਕ ਹੈ ਜੀ। ਕਿੰਨੇ ਕੁ ਟਾਈਮ ਚ ਲਾ ਕੇ ਵੇਚਣਗੇ? ਬਥੇਰੀ ਇਹਨਾਂ ਚ ਮੁੱਚਦੇ ਨੀ, ਬਸ ਤੋੜੇ ਕਰੀ ਤੇ ਮਾਰ ਸ਼ਾਂਤੀ ਰਹਿੰਦੀ ਹੈ। ਤੋੜਾ ਥੋੜਾ ਜਿਹਾ ਸਹੀ ਹੋ ਗਿਆ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਿਰਾਏ ਨੂੰ? ਕਦੇ ਕੋਈ ਕੰਪਲੇਂਟ ਤਾਂ ਨੀ ਆਈ? ਨਾ ਵਧੀਆ ਚੀਜ਼ ਹੈ ਜੀ, ਕਰਾਵਾਂਗੇ ਇਹਨੂੰ। ਠੀਕ ਹੈ ਜੀ। ਫੇਰ ਵੱਜ ਜਾਂਦਾ। ਹਾਂ, ਚਾਰ ਸਪੀਡਾਂ ਹੋ ਗਈਆਂ, 20 ਸਪੀਡਾਂ ਹੋ ਗਈਆਂ, ਬਚ ਗਏ ਪੈਸਾ, ਬਚ ਗਿਆ ਨਵੇਂ ਨਾਲੋਂ ਪੈਂਦਾ। ਇੱਥੇ ਕਿੰਨੇ ਘੱਟ ਜੇ ਸਰ ਗਿਆ ਨਾਲ, ਨਾਲੇ ਆਪਾਂ ਨੂੰ ਇੰਜਣ ਪੱਖੋਂ ਸੰਤੁਸ਼ਟੀ ਆ ਪੂਰੇ ਟਰੈਕਟਰ ਦੇ। ਹਾਂਜੀ ਹਾਂਜੀ, ਚੱਲ ਜਾਂਦਾ ਘੱਟੋ ਘੱਟ। ਨਾਲੇ ਪਤਾ ਕੀ ਹੈ, ਟ੍ਰਾਇਲ ਦੇ ਨਾਲ ਫਾਇਦਾ ਹੋ ਗਿਆ, ਮੈਨੂੰ ਦੱਸ ਕੇ ਚੱਲਿਆ ਮੇਰਾ ਪੈਸਾ ਵੱਧ ਜੂਗਾ। ਟਰਾਲੀ ਟਰੋਲੀ ਨੂੰ ਖਿਚਾਈ ਬਹੁਤ ਹੋਈ, ਟਰਬੋ ਟੁਰਬੋ ਦਾ ਨਹੀਂ? ਨਾ ਟਰਬੋ ਨਹੀਂ, ਕਰਦਾ ਹੀ ਆ ਇੰਪਲੇ ਔਖਣ ਜਿਵੇਂ ਆਉਂਦਾ ਕੰਪਨੀ ਵਾਲੇ ਆਪਾਂ ਨੇ ਨਹੀਂ ਦੇਣਾ। ਇਹ ਬਾਈ ਉਹਨਾਂ ਨੇ ਬਹੁਤ ਬਾਕੀ ਮੈਂ ਦੇਖ ਲਈ ਦੇਖ ਲਈ ਕਰ ਲਓ ਬੰਦ 2 ਮਿੰਟ। ਆਪਣੇ ਵੀਰੇ ਕੋਈ ਇਹਦਾ ਨਟ ਨਹੀਂ ਖੋਲਿਆ, ਕੁਛ ਨਹੀਂ ਕਰਿਆ, ਜਿਹੜੀ ਆਪਣੀ ਨਾਰਮਲ ਜਾਲੀ ਆਉਂਦੀ ਆ ਉਹਨੂੰ ਖੋਲ ਕੇ ਰੱਖਤਾ। ਕੰਮ ਤਾਂ ਐਨ ਗੁਣੀਏ ਚ ਕਰੇ ਪਏ ਆ ਤੁਸੀਂ? ਇਹ ਆਪਾਂ ਆਪੇ ਬਣਾ ਕੇ। ਨਾ ਨਾ, ਮੈਂ ਕਹਿੰਦਾ ਜੀ ਪੂਰਾ ਨਜ਼ਾਰਾ ਆ ਗਿਆ ਚੀਜ਼ ਦੇਖ ਕੇ, ਕੋਈ ਨਟ ਨਹੀਂ ਕੁਛ ਨਹੀਂ ਹੈਗਾ। ਹਾਂ, ਅੱਛਾ ਚੂੜੀਆਂ ਵਾਲਾ ਸਿਸਟਮ ਸਾਰਾ ਉਵੇਂ ਹੀ ਕਰਿਆ ਹੋਇਆ ਹੈ। ਚੀਜ਼ ਆਪਣੀ ਇਹ ਖੁੱਲਦੀ ਹੈ। ਅੱਛਾ ਠੀਕ ਹੈ, ਜਾਲੀ ਡਬਲ ਆ, ਜਾਲੀ ਡਬਲ ਆ, ਇਹ ਕੱਢਣੀ ਹੈ ਵੀ ਨਿਕਲ ਉੱਪਰ ਚੈਨਰੀ ਦੇ ਐਂਗਲੇ ਮੋੜਿਆ ਵਾ ਕੀ ਹੈ? ਐਂਗਲਾ ਵੀਰੇ। ਅੱਛਾ ਐਂਗਲੇ ਕੱਟ ਪਾ ਪਾ ਕੇ ਮੋੜਤਾ, ਐਂਗਲੇ ਗੋਲ ਕਰਕੇ ਲਾਇਆ ਹੋਇਆ। ਠੀਕ, ਆਹ ਪੱਤੀ ਆ ਗਈ ਉਰੇ, ਇਹ ਪੱਤੀਆਂ ਥੱਲੇ ਵੀ ਸਪੋਰਟ ਵਾਸਤੇ। ਠੀਕ ਹੈ,
ਨੱਟ ਨੁੱਟ ਆਇਆ ਮੁੜੇ ਪਏ ਆ ਮੈਂ ਕਹਿੰਦਾ ਜਾਲੀ ਜਾਊਗੀ ਤੇ ਜਾਊਗੀ ਕਿੱਥੋਂ ਜਿੱਦਾਂ ਦਾ ਆਇਆ ਟਰੈਕਟਰ ਵੀਰੇ ਨਾਲ ਦੀ ਜਾਲੀ ਲਾਤੀ ਸੀ ਜਦੇ ਆਉਣ ਸਾਰੇ ਨਾ ਬਹੁਤ ਵਧੀਆ ਅਸੀਂ ਤਾਂ ਖੋਲਤਾ ਤਾ ਹੀ ਆ ਮੈਂ ਤਾਂ ਟਰੈਕਟਰ ਕਰਿਆ ਵਾ ਸਾਰਾ ਕੁਝ ਖੋਲਤਾ ਅਸੀਂ ਆਪ ਤੇ ਚਲਾਉਣੇ ਆ ਦੇਖ ਕੇ ਹਾਂ ਨਾ ਚਲੋ ਸਾਫ ਸੂਫ ਕਰ ਦਿੰਦੇ ਆ ਐਂ ਤਾਂ ਨਹੀਂ ਇੰਨਾ ਕੁ ਤਾਂ ਹੈਗਾ ਵੀ ਕਾਰਬਨ ਤਾਂ ਜੰਮਦੀ ਹੈ ਇਹਦੇ ਜੰਮਦੀ ਬਣਦੀ ਹੈ ਜੀ ਇੰਨਾ ਕੁ ਹੁਣ ਸਾਰੇ ਤਕਰੀਬਨ ਬਹੁਤ ਨੇ ਖੋਲਤਾ ਜੀ ਮੈਨੂੰ ਟ੍ਰਾਇਲ ਵਾਸਤੇ ਮੰਗੀ ਜਾਂਦੇ ਕਹਿੰਦੇ ਵੀ ਜੇ ਤੁਸੀਂ CRD ਦੇ ਖੋਲੂਗੇ ਮੈਂ ਹਲੇ ਨਹੀਂ ਬਾਈ ਪੰਗਾ ਲੈਂਦਾ ਵਾਂ ਵੀ ਹੌਲੀ ਹੌਲੀ ਚਲਾਉਂਗੇ ਹਾਂਜੀ ਹਾਂ ਜਿੰਨਾ ਟਾਈਮ ਨੌਲੇਜ ਨਹੀਂ ਮੈਂ ਛੇੜ ਦਵਾਂ ਉਹ ਸੈਂਸਰ ਸਿਸਟਮ ਹੈ ਜੀ ਉਹ ਤਾਂ ਸਾਰਾ ਦੂਏ ਲੋਟ ਸਿਸਟਮ ਆਪਣੇ ਤਾਂ ਮਕੈਨਿਕ ਦਾ ਕੰਮ ਹੈ ਨਹੀਂ ਸਿਸਟਮ ਆ ਅਸੀਂ ਤੈਨੂੰ ਦੱਸਦੇ ਆ ਲਿਫਟ ਕੰਟਰੋਲ 6-7 ਨੰਬਰ ਤੇ ਜਾ ਕੇ ਕਰਦਾ ਸੀ ਹਾਂ ਅਸੀਂ ਸਾਡੇ ਕੋਲ ਪਹਿਲਾਂ ਪੁਰਾਣਾ ਇੰਟਰ ਸੀਗਾ ਅਸੀਂ ਨੇ ਕੀ ਕਰਿਆ ਨੱਟ ਦੇ ਢਿੱਲੇ ਪਿੱਛੇ ਵਾਲਾ ਜਿਹੜਾ ਕੰਟਰੋਲ ਵਾਲ ਹੈ ਤਾਂ ਆ ਕੰਟਰੋਲ ਵਾਲ ਆ ਢਿੱਲਾ ਕਰਕੇ ਮੈਂ ਥੱਲੇ ਕਰਤਾ ਅੱਛਾ ਇਹ ਥੱਲੇ ਕਰਦਾ ਕੰਮ ਕਰ ਲਿਆ ਚਲਾਉਣ ਦਾ ਮਾੜੀ ਮੋਟੀ ਦਾ ਨੌਲੇਜ ਆਪਾਂ ਨੂੰ ਵੀ ਆ ਕਰਿਆ ਵੀ ਭਾਈ ਏਜੰਸੀ ਵਾਲੇ ਆ ਗਏ ਸਵੇਰੇ 5 ਵਜੇ ਕੋਈ ਟ੍ਰਾਇਲ ਲੈਣਾ ਹੋਊ ਉਹਨਾਂ ਨੇ ਸਾਡੇ ਦੋ ਟਰੈਕਟਰ ਲੈ ਦੇ ਕਪੂਆ ਦੇ ਮੁੰਡੇ ਨੇ ਕਮਾਈ ਲਿਆ ਜੀ ਠੀਕ ਹੈ ਜੀ ਆ ਕੇ ਮੈਨੂੰ ਕਹਿੰਦੇ ਇੱਕ ਦਾ ਤੇਲ ਅਸੀਂ ਛੇੜਤਾ ਕਿਉਂ ਪਹਿਲੇ ਸ਼ਿੰਜਾ ਸੁਪਰ ਹੀਟਰ ਤੇ ਲਾਇਆ ਵੀ ਥੋੜਾ ਦਬਦਾ ਦਬਦਾ ਦੀ ਤੋਲਾ ਜ਼ਿਆਦੇ ਦੀ ਤੋਲਾ ਜ਼ਿਆਦਾ ਇਹ ਤੇਲ ਵਧਾਤਾ ਜੇ ਉਹਨਾਂ ਨੇ ਆ ਕੇ ਇਹਦੇ ਕੰਪਿਊਟਰ ਲਾਇਆ ਮੈਨੂੰ ਕਹਿੰਦੇ ਯਾਰ ਤੈਨੇ ਦੋ ਆਈਟਮਾਂ ਛੇੜਤੀਆਂ ਜੀ ਮੈਂ ਕੀ ਕਹਿੰਦੇ ਕਿ ਤਾਂ ਤੇਲ ਛੇੜਿਆ ਵਾ ਇੱਕ ਸੈਂਸਰ ਛੇੜਿਆ ਵੀ ਸੈਂਸਰ ਛੇੜਿਆ ਵਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਦੇਖ ਲੈ ਇਹ ਸੈਂਸਰ ਨੇ ਲੱਗ ਜਾਂਦਾ ਹਾਂ ਹੈਗੀ ਇਹ ਚੀਜ਼ਾਂ ਨਾ ਇਹਦੇ ਲਿਫਟ 'ਚ ਵੀ ਸੈਂਸਰ ਆ ਅੱਛਾ ਜੀ ਜਗਾੜਬਾਜੀ ਕਰੀ ਸੀ ਫਿਰ ਪਾਇਪ ਲਾ ਕੇ ਆਪ ਜਗਾੜ ਕਰਿਆ ਠੀਕ ਹੈ ਅਸੀਂ ਤਾਂ ਖਾਲੀ ਰੱਖੀ ਵੀ ਉੱਪਰ ਛਿੜਦੀ ਸੀ ਨਾ ਹੈਗੀ ਪਾਣੀ ਪਾਣੀ ਪਾਇਆ ਕਿਦਾ ਪਾਣੀ ਰੇਡੀਏਟਰ ਛੋਟੇ ਜੀ ਸਾਰਾ 4-5 ਲੀਟਰ ਪਾਣੀ ਮਸੋ ਪੈਂਦਾ ਇਹਨਾਂ 'ਚ ਜਿਹਨੇ ਗਰਮ ਗਰਮ ਤਾਂ ਹੁੰਦੇ ਵੀ ਨਹੀਂ ਗਰਮ ਗਰਮ ਨਹੀਂ ਹੁੰਦੇ ਸਿਸਟਮ ਇਹਦਾ ਮਤਲਬ ਕਿ ਇਹਦੇ ਜਿਹੜਾ ਮੱਲਾ ਥੋੜੇ ਵਾਲਾ ਉਹਦਾ ਖੋਲ ਕੇ ਦੇਖਿਓ ਆ ਚੀਜ਼ ਨਹੀਂ ਹੈਗੀ ਉਹਦੇ ਆ ਜੀ ਫਿਰ ਇਹਦੀ ਪਾਈਪ ਵੱਢ ਕੇ ਬਿਲਕੁਲ ਕਰਕੇ ਪਾਈਪ ਪਾਈਏ ਤੇ ਹਾਂਜੀ ਹਾਂਜੀ ਆ ਪਾਈਪ ਲੱਗਦੀ ਕਰੀ ਨਾ ਨਾ ਠੀਕ ਹੈ ਇੰਜਨ ਨੂੰ ਖਰਾਬ ਕਰੀ ਜਾਂਦੀ ਹੋਰ ਕੋਈ ਦਿੱਕਤ ਨਹੀਂ ਹੋਰ ਸੇਵਾ ਪਾਣੀ ਦੱਸੋ ਬਸ ਸੇਵਾ ਪਾਣੀ ਵਧੀਆ